ਭਾਜੀ ਮੋਬਾਈਲ ਵਾਧੋਂ ਦੇਖ ਲਿਓ, ਖੀਰ ਖਾ ਲਓ ਚੁੱਪ ਕਰਕੇ। ਬਾਈ ਹੁਣ ਕੋਈ ਬਜ਼ੁਰਗ ਹੋਰ ਨੀ ਕੁਛ ਪਾਉਣਾ ਇਹਦੇ ਵਿੱਚ, ਹੁਣ ਦਹੀਂ ਨੀ ਹੁਣ ਪਾਉਣਾ, ਮੇਰੇ ਕੋਲ ਆਹੀ ਨੀ ਮੁੱਕਣਾ, ਕੰਮ ਭਾਰਾ ਹੋ ਗਿਆ ਫਿਰ ਸਵੇਰੇ ਛੱਡ ਗਏ ਵਿੱਚ। ਹੁਣ ਤੁਹਾਡੀਆਂ ਰੀਸਾਂ ਨੀ ਨਾ ਹੋਣੀਆਂ ਸਾਡੇ ਕੋਲੋਂ, ਤੁਸੀਂ ਏਦਾਂ ਨਾ ਕਰੋ, ਟਰੱਕ ਤੇ ਹੋਰ ਤੁਹਾਡੀ ਖੁਰਾਕ ਮਾਰਾ ਜੋ ਹੋਰ ਆ, ਤੁਸੀਂ ਪਹਿਲਾਂ ਤਗੜੀਆਂ ਖੁਰਾਕਾਂ ਕੀਤੀਆਂ ਖਰੀਦੀਆਂ। ਭਾਜੀ ਜਲੇਬੀਆਂ ਨੀ ਪਾਈਆਂ? ਵਾਹ ਜੀ ਵਾਹ, ਦੇਖ ਲਓ ਦੁੱਧ ਜਲੇਬੀਆਂ ਵੀ ਚੱਲ ਰਹੀਆਂ ਜੀ, ਸ਼ਾਮ ਦਾ ਟਾਈਮ ਲਾਹੌਰ ਦੁੱਧ ਜਲੇਬੀਆਂ, ਬਾਹਰ ਮੀਂਹ ਪੈਂਦਾ, ਇਹ ਭਾਜੀ ਮੋਟੀ ਮਲਾਈ ਵਾਲਾ ਦੁੱਧ ਪੀ ਜਾਂਦੇ ਨੇ, ਤੇ ਭਾਈ ਨਿਸ਼ਾਨ ਖੀਰ ਚੱਖੀ ਜਾਂਦੇ ਆ। ਬਹੁਤ ਮਜ਼ਾ ਆ ਰਿਹਾ ਜੀ, ਔਰ ਅਸੀਂ ਇੰਜੋਏ ਕਰ ਰਹੇ ਹਾਂ ਖੀਰ। ਕੜਾਹ ਚੱਲ ਰਿਹਾ ਜੀ ਪੂਰਾ, ਸਿੱਧਾ ਹੋ ਨਾ ਸਿੱਧਾ ਵੇਖ, ਇੱਧਰ ਵੇਖ ਨਾ, ਠੀਕ ਹੈ ਜੀ, ਆਹ ਦੇਖੋ ਕਹਿੰਦੇ ਆ ਸਰਦਾਰ ਦਾ ਘੰਟ ਨਾ ਪਾੜੇ ਹੋ ਖਲਾਕ, ਅਸੀਂ ਲੱਗੇ ਹਾਂ ਜੀ ਹੁਣ ਖਾ ਪੀ ਰਹੇ ਹਾਂ ਔਰ ਚੱਲ ਰਿਹਾ ਕੰਮ, ਸ਼ਾਮ ਦਾ ਟਾਈਮ ਹੈ ਜੀ। ਮਲਾਈ ਦੇਖੋ ਤੁਸੀਂ, ਜਿਹੜੇ ਕਹਿੰਦੇ ਆ ਜੀ ਦੋ ਨੰਬਰ ਦੁੱਧ ਆ, ਵੇਖੋ ਉਧਰਾ ਅਸਲੀ ਦੁੱਧ ਪੰਜਾਬ ਦਾ, ਠੀਕ ਹੈ ਜੀ, ਆਹ ਦੇਖ ਲਓ ਮਲਾਈਆਂ, ਗੜਕ ਪੈਂਦੀ ਵੀ ਦੁੱਧ ਨੂੰ ਪੂਰੀ, ਫੁੱਲ ਸਟੀਮ ਆਰਡਰ ਹੀ ਆ ਦੇਖ ਲਓ। ਯੈਸ, ਹਫ਼ਤੇ ਦੇਖ ਲਓ ਜਲੇਬ, ਦਹੀਂ ਦੇਖੋ ਤੁਸੀਂ ਕਿੱਡਾ ਸੋਹਣਾ, ਬਹੁਤ ਵਧੀਆ ਹੈ ਜੀ, ਅਸੀਂ ਵੈਜ ਆਪਸ਼ਨ ਦੇ ਵਿੱਚ ਸਾਰਾ ਕੁਛ ਖਾ ਰਹੇ ਹਾਂ ਜੀ, ਹੁਣ ਤਾਂ ਮੈਂ ਵੀ 15 ਦਿਨ ਲਈ ਵੈਜੀਟੇਰੀਅਨ ਹੋ ਗਿਆ ਪੂਰਾ ਪੂਰਾ, ਇਹਨਾਂ ਦਾ ਦੁੱਧ ਵੀ ਬਹੁਤ ਸੰਘਣਾ, ਅਸੀਂ ਇਹਨਾਂ ਕੋਲ ਹੀ ਆ ਰਹੇ ਹਾਂ ਵਾਰ ਵਾਰ ਕਿਉਂਕਿ ਇਹਨਾਂ ਦੀ ਪ੍ਰੋਡਕਟਸ ਜਿਹੜੀਆਂ ਨੇ ਬਹੁਤ ਅੱਛੀਆਂ ਨੇ। ਆਹ ਦੇਖੋ ਤੁਸੀਂ, ਦਹੀਂ ਦੇ ਕੁੰਡੇ, ਆਹ ਦੇਖੋ ਕਿੰਨੀ ਕਿੰਨੀ ਮੋਟੀ ਮਲਾਈ ਜਮੀ ਹੈ, ਆ ਜਾਓ ਫਿਰ ਹੈ ਮੂਡ ਤੇ ਆ ਜਾਓ, ਆਹ ਦਸੀ ਦੇਸੀ ਘੇ ਪੋਲੀਥੀਨ ਚ ਬੰਦ ਕਰਕੇ ਰੱਖਿਆ ਹੋਇਆ, ਆਹ ਦੇਖੋ ਮਲਾਈ ਇੱਦਾਂ ਕੱਟ ਕੇ ਰੱਖੀ ਜਾਂਦੀ ਆ ਅਲੱਗ, ਆਓ ਵੇਖ ਲਓ ਇਕੱਠੀ ਕਰੀ ਜਾਂਦੀ ਮਲਾਈ, ਪੂਰੀ ਟੋਰ ਆ ਜੀ ਦੁੱਧ ਦੀ, ਹੁਣ ਖਾ ਕੇ ਚੈੱਕ ਕਰ ਲੋ ਫਿਰ, ਵੈਸੇ ਵੀ ਜਿਹੜੇ ਆਪਣੇ ਸਿਆਣੇ ਕਹਿੰਦੇ ਹੁੰਦੇ ਬਈ ਜਿਹੜੀ ਆ ਜਲੇਬੀ ਉਹ ਸਵਾਦ ਜ਼ਿਆਦਾ ਹੁੰਦੀ ਆ ਖਾਸ ਤੌਰ ਤੇ ਦੁੱਧ ਦੇ ਨਾਲ, ਵਿਆਹ ਕੜਾਹ ਤੇ ਬਈ ਜਲੇਬੀ।
ਮੈਂ ਨਹੀਂ ਖਾਣੀ ਬਾਬਾ ਜੀ ਫੇਰ ਕਿਤੇ ਖਾਵਾਂਗੇ ਕਿਉਂ ਜੀ ਬਾਬਾ ਜੀ ਸੁਣਾਓ ਫਿਰ ਹੁਣ ਮੈਂ ਮੁੱਛਾਂ ਵੱਟ ਚੜ੍ਹ ਜਾਂਦੇ ਆ ਮੈਨੂੰ ਤਾਂ ਪਤਾ ਤੁਸੀਂ ਲਾਈ ਬੈਠੇ ਯਾਰ ਤ੍ਰੇਸ਼ਣੀ ਦੇ ਦੋ ਨਾ ਵੀ ਨਾ ਆਪਾਂ ਮੁੱਛਾਂ ਨੂੰ ਵੱਟ ਨਹੀਂ ਚਾੜਦੇ ਆ ਹੁਣ ਓਦਾਂ ਹੀ ਖਾਧੀ ਇੰਨੀ ਮਲਾਈ ਆ ਹੁਣ ਓਦਾਂ ਹੀ ਚੜ੍ਹੀ ਜਾਂਦੇ ਆਪੇ ਆਹ ਤੁਹਾਨੂੰ ਇੱਕ ਹੋਰ ਮੁੱਛਾਂ ਦਿਖਾਉਂਦਾ ਮੈਂ ਆਹ ਵੇਖੋ ਆਹ ਰੋਜ਼ ਮਲਾਈ ਖਾਣ ਵਾਲੀਆਂ ਮੁੱਛਾਂ ਇੱਦਾਂ ਦੀਆਂ ਹੁੰਦੀਆਂ ਜੀ ਕਿੱਥੇ ਹੈ ਥੱਲੇ ਕਰੋ ਮੈਂ ਤੇ ਅੱਜ ਮਲਾਈ ਖਾ ਕੇ ਚੜ੍ਹਦੇ ਨਾ ਆਹ ਦੇਖੋ ਆਹ ਰੋਜ਼ ਖਾਂਦੇ ਮਲਾਈ ਤਾਂ ਇੱਦਾਂ ਦੀਆਂ ਮੁੱਛਾਂ ਵੇਖ ਲਓ ਉਹ ਤਾਂ ਚੜ੍ਹਦੀ ਜਾਂਦੀਆਂ ਇੱਕ ਚਮਚਾ ਹੋਰ ਖਾਓ ਵੇਖੋ ਤਾਂ ਚੜ੍ਹਦੀਆਂ ਹੋਰ ਇਹ 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 ਆਹ ਲੈ ਗਈ ਹੈ ਕਿ ਨਹੀਂ ਤਾਂ ਵੇਖੋ ਆਹ ਵੇਖੋ ਇਹਨਾਂ ਨੇ ਅੱਜ ਹੀ ਖਾਧੀਆਂ ਥੋੜੀਆਂ ਥੋੜੀਆਂ ਉੱਗਣੀਆਂ ਸ਼ੁਰੂ ਹੋਈਆਂ ਵਾ ਹੌਲੀ ਹੌਲੀ ਜੇ ਕਿਤੇ ਪੰਜ ਸੱਤ ਦਿਨ ਸਾਡੇ ਨਾਲ ਰਹਿ ਗਏ ਮਲਾਈ ਖਾਂਦੇ ਰਹੇ ਨਾ ਵੇਖੀ ਮੁੱਛਾਂ ਇੱਦਾਂ ਖੜਾ ਹੁੰਦੀਆਂ ਇੱਥੇ ਨੋਟ ਕਰ ਲਓ ਤੁਸੀਂ ਬੰਦੇ ਸਾਰੇ ਜਿਹੜੇ ਬਹੁਤ ਸ਼ੁਕਰੀਆ ਜੀ ਲਓ ਜੀ ਭਾਜੀ ਇਹ ਦੁਕਾਨ ਤੇ ਮੇਰਾ ਖਿਆਲ ਪੰਜਾਬ ਦੀ ਹਰ ਨੁੱਕਰ ਚ ਹੋਣੀ ਚਾਹੀਦੀ ਹੈ ਖੀਰ ਖਾਣ ਲਈ ਆਓ ਤਾਂ ਚਾਹ ਨਾਲ ਮਿਲਦੀ ਹੈ ਤੇ ਜੇ ਸਵੇਰੇ ਲੱਸੀ ਪੀਣ ਲਈ ਆਓ ਤੇ ਨਾਲ ਪੇੜੇ ਮੁਫਤ ਮਿਲਦੇ ਆ ਜੀ ਗੱਲ ਉਹੀ ਆ ਜਾਂਦੀ ਹੈ ਕਿ ਆਹ ਚੀਜ਼ਾਂ ਜਿਹੜੀਆਂ ਸੁਗਾਤਾਂ ਨੇ ਇਹ ਪਿਆਰ ਜਿਹੜੀਆਂ ਮੁਹੱਬਤਾਂ ਨੇ ਇਹ ਤੁਹਾਨੂੰ ਪੰਜਾਬ ਦੇ ਅੰਦਰ ਹੀ ਮਿਲਦੇ ਨੇ ਪਰ ਪੰਜਾਬੀ ਲੋਕ ਹੀ ਇੱਕ ਦੂਜੇ ਨਾਲ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਕਿ ਗੱਲਾਂ ਜਿਹੜੀਆਂ ਨੇ ਉਹਦੇ ਗੱਲਾਂ ਕਹਿੰਦੇ ਨੇ ਕਿ ਮੂੰਹ ਥੱਕ ਜਾਂਦਾ ਗੱਲਾਂ ਨਹੀਂ ਮੁੱਕਦੀਆਂ ਉਹ ਇਹਨਾਂ ਚੀਜ਼ਾਂ ਬਾਰੇ ਹੀ ਕਿਹਾ ਗਿਆ ਕਿ ਸਾਰਾ ਕੋਈ ਬਾਹਰ ਬਾਰਿਸ਼ ਹੋਈ ਆ ਜੀ ਤਾਂ ਕਰਕੇ ਸਾਰਾ ਕੋਈ ਖਰਾਬ ਹੋ ਗਿਆ ਕੰਮ ਮੀਂਹ ਲੱਗਾ ਪਿਆ ਜੀ ਝੜੀ ਲੱਗੀ ਪਈ ਹੈ ਇਹ ਤਾਂ ਇੱਦਾਂ ਹੈ ਜਿੱਦਾਂ ਵਿੰਟਰ ਦੀ ਝੜੀ ਹੈ ਜੇ ਤੇ ਹੋਵੇ ਰੈਸਟੋਰੈਂਟ ਰੈਸਟੋਰੈਂਟ ਤੇ ਜਾ ਕੇ ਆਪਣਾ ਖਾਣਾ ਆਰਡਰ ਕਰੀਦਾ ਤੇ ਉਹ ਖਾਈਦਾ ਵਾ ਆ ਬਜ਼ੁਰਗ ਹੁਣ ਬੈਠੇ ਉਦੋਂ ਦਿਹਾੜੇ ਸਿਰਾਣੇ ਖਲੋਤੇ ਕਹਿੰਦੇ ਆ ਵੀ ਖਾਣਾ ਆ ਵੀ ਖਾਣਾ ਆ ਵੀ ਖਾਣਾ ਵਾ ਇਹ ਧੱਕਾ ਜਿਹੜੇ ਫਿਰ ਆਪਣੇ ਹੀ ਕਰ ਸਕਦੇ ਆ ਕਿਉਂ ਜੀ ਖੀਰ ਖਾਣ ਆਏ ਆ ਤੇ ਚਾਹ ਨਾਲ ਜਿਹੜੀ ਆ ਦੁੱਧ ਪੱਤੀ ਉਹ ਸਪੈਸ਼ਲ ਆ ਗਈ ਪੰਜ ਮਿੰਟ ਚ ਬਣ ਕੇ ਇਹਨਾਂ ਸਵੇਰੇ ਵੀ ਸਾਨੂੰ ਲੱਸੀ ਪਿਆਈ ਹੈ ਤੇ ਪੈਸਾ ਕੋਈ ਨੀ ਲਿਆ ਹੁਣ ਵੀ ਇੱਕੋ ਹੀ ਗੱਲ ਦੀ ਲੜਾਈ ਹੋਈ ਸਾਡੀ ਕਹਿੰਦੇ ਲੈਣਾ ਕੁਛ ਨੀ ਆ ਜੀ ਤੇ ਅਸੀਂ ਕਿਹਾ ਵੀ ਨਹੀਂ ਇਹ ਗੱਲ ਨੀ ਠੀਕ ਹੈਗੀ ਤੇ ਜਿੰਨਾ ਕੁ ਬਾਰਡਰ ਇੱਧਰ ਤੁਸੀਂ ਉਹਨਾਂ ਦੀ ਅਸੀਂ ਪਰੇ ਹੋ ਜਿੰਨਾ ਕੁ ਧੱਕਾ ਤੁਸੀਂ ਕਰਨਾ ਜਾਣਦੇ ਉਹਨਾਂ ਕੁ ਅਸੀਂ ਵੀ ਜਾਣਦੇ ਹਾਂ ਆਪਣਾ ਨਾਮ ਦੱਸੋ ਇਹ ਮੁਖਤਾਰ ਭੱਟੀ ਭਾਈ ਜੀ ਨੇ ਖੋਏ ਦੇ ਪੇੜੇ ਬਣਾਉਂਦੇ ਨੇ ਜੀ ਆਹ ਦੇਖੋ ਇਹਨਾਂ ਦੇ ਖਾਲਸ ਖੋਏ ਦੀ ਬਰਫੀ ਖਾਲਸ ਖੋਏ ਦੇ ਪੇੜੇ ਜਿੰਨੇ ਵੀ ਖਾਣੇ ਆ ਸਿੰਘਪੁਰਾ ਚੌਕ ਦੇ ਵਿੱਚ ਪਹਿਲੇ ਆਓ ਹਾਂਜੀ ਜੀ ਸੋਰੀ ਸਾਡਾ ਕਨੈਕਸ਼ਨ ਚਲਾ ਗਿਆ ਸੀ ਕਨੈਕਸ਼ਨ ਵਾਪਸ ਆ ਗਿਆ ਹਾਂਜੀ ਜੀ ਪੇੜੇ ਦਿਖਾਓ ਜੀ ਆਪਣੇ ਆਹ ਦੇਖ ਲਓ ਜੀ ਕੜਾਹ ਚੱਲ ਰਿਹਾ ਔਰ ਆਹ ਦੇਖੋ ਤੁਸੀਂ ਬਰਫੀ ਸੁੱਚੇ ਖੋਏ ਦੀ ਜਿਹੜੀ ਹੈ ਆਪਣਾ ਨਾਮ ਪੂਰਾ ਦੱਸੋ ਮੁਖਤਾਰ ਭੱਟੀ ਸਾਹਿਬ ਜਿਹੜੇ ਨੇ ਗੋਸੀਆ ਮਿਲਕ ਸ਼ਾਪ ਦੇ ਉੱਤੇ ਆਹ ਦੇਖੋ ਜੀ ਤੁਸੀਂ ਪੂਰੀ ਟੋਰ ਹੈ ਜੀ ਵਿੱਚ ਬਦਾਮ ਲੱਗੇ ਹੈ ਕੋਕੋਨਟ ਲੱਗਾ ਹੋਇਆ ਔਰ ਨਾਲ ਦੀ ਨਾਲ ਬਦਾਮ ਔਰ ਪਿਸਤੇ ਲੱਗੇ ਹੋਏ ਆ ਜੀ ਲਓ ਜੀ ਹਾਂਜੀ ਜੀ ਨੈਟਵਰਕ ਦਾ ਇਸ਼ੂ ਹੈ ਜੀ ਹੁਣ ਦੁਬਾਰਾ ਅਗਰ ਰੀਕਨੈਕਟ 'ਤੇ ਆਇਆ ਤਾਂ ਅਸੀਂ ਇਹਨੂੰ ਵੀਡੀਓ ਨੂੰ ਛੱਡ ਦਾਂਗੇ ਠੀਕ ਹੈ ਜੀ ਅਤੇ ਭਾਈ ਮੁਖਤਿਆਰ ਜਿਹੜੇ ਹੈ ਇਹ ਖੋਏ ਦੇ ਪੇੜੇ ਤੁਸੀਂ ਦੇਖ ਲਓ ਜੀ ਕਿੰਨੇ ਬਹੁਤ ਹੀ ਵਧੀਆ ਨੇ ਮੈਂ ਲਾਹੌਰ ਸ਼ਹਿਰ ਦਾ ਰਹਿਣ ਵਾਲਾ ਲੇਕਿਨ ਇੰਨੇ ਸੋਹਣੇ ਪੇੜੇ ਜਿਹੜੇ ਆ ਉਹ ਇੰਨੇ ਸਫਾਈ ਨਾਲ ਬਣੇ ਹੋਏ ਪਹਿਲੀ ਵਾਰੀ ਦੇਖ ਰਹੇ ਹਾਂ ਜੀ ਇੱਕ ਪੇੜਾ ਕਿੰਨੇ ਦਾ ਹੁੰਦਾ ਜੀ 10 ਰੁਪਏ ਦਾ ਇੱਕ ਪੇੜਾ ਹੁੰਦਾ ਜੀ ਇਹ ਔਰ ਬਹੁਤ ਹੀ ਵਧੀਆ ਮੈਂ ਕਹਾਂਗਾ ਕਿ ਇਹਨਾਂ ਦੀ ਇਨਗਰੀਡਿੰਗਸ ਜਿਹੜੀ ਹੈ ਉਹ ਬਹੁਤ ਸਾਫ਼ ਸੁਥਰੀ ਹੈ ਇਹਨਾਂ ਦੀ ਦੁਕਾਨ ਬਹੁਤ ਸਾਫ਼ ਸੁਥਰੀ ਹੈ ਮੈਨੂੰ ਇਹ ਚੀਜ਼ ਨੇ ਬਹੁਤ ਜਿਹੜਾ ਨਾ ਪ੍ਰਾਪਤ ਕੀਤਾ ਇਹਨਾਂ ਤੋਂ ਕੜਾਹ ਦੇਖ ਲਓ ਜੀ ਮਚਿਆ ਪਿਆ ਜੀ ਇਸ ਵੇਲੇ ਬਿਲਕੁਲ ਆਹ ਦੇਖ ਲਓ ਨਾਲ ਦੀ ਨਾਲ ਕੜਾਹ ਦੇ ਵਿੱਚ ਮਾਰਦੇ ਆ ਕਫਕੀਰ ਕੇ ਕਿਤੇ ਜੰਮ ਨਾ ਜਾਵੇ ਯੈਸ ਇਟਸ ਅ ਮਾਊਥ ਵਾਟਰਿੰਗ ਵੀਰ ਜੀ